ਦਾਲਾਂ ਮਿਲਾਵਟ ਖੋਰਾਂ ਤੇ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ। ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲਿਆਂ ਤੇ 10 ਲੱਖ ਦਾ ਜੁਰਮਾਨਾ ਲੱਗੇਗਾ। ਫੂਡ ਬਿਜ਼ਨਸ ਕਰਨ ਵਾਲੇ ਸਾਰੇ ਅਦਾਰਿਆਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੇ ਹੁਕਮ ਦਿੱਤੇ ਗਏ ਨੇ। ਦਸੰਬਰ 2020 ਤੱਕ ਰਜਿਸਟ੍ਰੇਸ਼ਨ ਕਰਾਉਣ ਦੇ ਨਿਰਦੇਸ਼ ਨੇ। ਰਜਿਸਟ੍ਰੇਸ਼ਨ ਫੂਡ ਸੇਫਟੀ ਵਿਭਾਗ ਕੋਲ ਕਰਵਾਉਣੀ ਹੋਏਗੀ। ਹੈਲਥ ਫਿਟਨੈਸ ਸਰਟੀਫਿਕੇਟ ਜ਼ਰੂਰ ਲੈਣਾ ਹੋਵੇਗਾ। ਕੁਆਲਿਟੀ ਮਾਪਦੰਡ ਪੂਰੇ ਨਾ ਕਰਨ ਤੇ ਜੁਰਮਾਨਾ ਹੋ ਸਕਦਾ ਹੈ, 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।